ਅੱਜ ਇੱਕ ਵੱਡੀ ਖਬਰ ਤੇ ਨਿਰਾਸ਼ਾਜਨਕ ਖਬਰ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀ ਹੈ ਜਾਂ ਦੋਸਤੋ ਨਿਰਾਸ਼ਾਜਨਕ ਖਬਰ ਕੁਛ ਇਸ ਤਰ੍ਹਾਂ ਕਿ ਜੱਸੀ ਦਿਓਲ ਉਰਫ ਜਿਨ੍ਹਾਂ ਨੂੰ ਕੂਕਾਂ ਵਾਲੇ ਅੰਕਲ ਦੇ ਨਾਮ ਤੋਂ ਇੱਕ ਅਲੱਗ ਪਹਿਚਾਣ ਮਿਲੀ ਸੀ ਉਹ ਸਾਨੂੰ ਸਭ ਨੂੰ ਛੱਡ ਕੇ ਚਲੇ ਗਏ ਨੇ। ਉਸ ਤੋਂ ਬਿਲਕੁਲ ਸਹੀ ਸੁਣਿਆ, ਇਸ ਚੀਜ਼ ਦਾ ਖੁਲਾਸਾ ਮਸ਼ਹੂਰ ਸਿੰਗਰ ਦਿਲਪ੍ਰੀਤ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਪਾਈ ਸੀ ਜਿਸ ਵਿੱਚ ਲਿਖਿਆ ਸੀ ਕਿ ਜੱਸੀ ਦਿਓਲ ਜੀ ਸਾਡੇ ਅੰਕਲ ਸਾਨੂੰ ਛੱਡ ਕੇ ਚਲੇ ਗਏ ਨੇ, ਉਹਨਾਂ ਦੀ ਹਾਰਟ ਅਟੈਕ ਆਉਣ ਕਾਰਨ ਅਚਾਨਕ ਮੌਤ ਹੋ ਗਈ। ਦੋਸਤੋ ਤੁਹਾਨੂੰ ਦੱਸ ਦੇ ਕਿ ਸਾਰੀ ਇੰਡਸਟਰੀ ਨੂੰ ਇਸ ਚੀਜ਼ ਦਾ ਦੁੱਖ ਬਹੁਤ ਹੀ ਜ਼ਿਆਦਾ ਲੱਗਿਆ ਹੈ ਅਤੇ ਇਸ ਚੀਜ਼ ਦਾ ਜ਼ਿਆਦਾ ਝਟਕਾ ਦਿਲਪ੍ਰੀਤ ਢਿੱਲੋਂ ਨੂੰ ਲੱਗਿਆ ਹੈ ਕਿਉਂਕਿ ਦਿਲਪ੍ਰੀਤ ਢਿੱਲੋਂ ਨੂੰ ਕੂਕਾਂ ਵਾਲੇ ਅੰਕਲ ਉਰਫ ਜੱਸੀ ਦਿਓਲ ਜੀ ਦਾ ਬਹੁਤ ਹੀ ਜ਼ਿਆਦਾ ਚਾਅ ਸੀ ਕਿਉਂਕਿ ਜੱਸੀ ਦਿਓਲ ਨੂੰ ਇੰਡਸਟਰੀ ਵਿੱਚ ਲੈ ਕੇ ਆਉਣ ਵਾਲਾ ਸ਼ਖਸ ਇੱਕੋ ਹੀ ਹੈ, ਉਸਦਾ ਨਾਮ ਹੈ ਦਿਲਪ੍ਰੀਤ ਢਿੱਲੋਂ। ਅਤੇ ਦੋਸਤੋ ਤੁਹਾਨੂੰ ਇਹ ਵੀ ਦੱਸ ਦੇ ਕਿ ਅੰਕਲ ਦੀ ਸ਼ੁਰੂਆਤ ਇੰਡਸਟਰੀ ਵਿੱਚ ਕਿੱਦਾਂ ਹੋਈ। ਅੰਕਲ ਦਾ ਮਖੌਲ ਉਡਾਉਣ ਦੇ ਚੱਕਰਾਂ ਵਿੱਚ ਕਿਸੇ ਨੇ ਵਿਆਹ ਦੇ ਵਿੱਚ ਉਹਨਾਂ ਦੀ ਵੀਡੀਓ ਬਣਾ ਲਈ ਜੋ ਕਿ ਸੋਸ਼ਲ ਮੀਡੀਆ 'ਤੇ ਇੰਨੀ ਜ਼ਿਆਦਾ ਵਾਇਰਲ ਹੋ ਗਈ ਕਿ ਉਸ ਵਿੱਚ ਅੰਕਲ ਨੂੰ ਦਿਖਾਇਆ ਗਿਆ ਕਿ ਅੰਕਲ ਸ਼ਰਾਬੀ ਹੈ ਅਤੇ ਆਪਣੇ ਮੁੰਡੇ ਦੇ ਵਿਆਹ ਵਿੱਚ ਜਸ਼ਨ ਮਨਾ ਰਿਹਾ ਹੈ। ਅਤੇ ਜਿਸ ਦਰਮਿਆਨ ਸੋਸ਼ਲ ਮੀਡੀਆ 'ਤੇ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋ ਗਈ ਕਿ ਇਸ ਵੀਡੀਓ ਤੋਂ ਬਾਅਦ ਇਹਨਾਂ ਦੇ ਪਰਿਵਾਰ ਨੂੰ ਅਤੇ ਖਾਸ ਕਰਕੇ ਇਹਨਾਂ ਦੇ ਬੇਟੇ ਨੂੰ ਬਹੁਤ ਹੀ ਵੱਡਾ ਝਟਕਾ ਲੱਗਿਆ ਕਿਉਂਕਿ ਇਹਨਾਂ ਦੇ ਬੇਟੇ ਦਾ ਵੀ ਪਿੰਡ ਵਿੱਚ ਮਖੌਲ ਬਣਾਇਆ ਜਾਂਦਾ ਸੀ ਅਤੇ ਅੰਕਲ ਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਖੁਲਾਸਾ ਕੀਤਾ ਕਿ ਜਦੋਂ ਇਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਉਸ ਤੋਂ ਬਾਅਦ ਪੂਰੇ 2 ਮਹੀਨੇ ਅੰਕਲ ਆਪਣੇ ਪਿੰਡ ਤੋਂ ਬਾਹਰ ਨਹੀਂ ਸੀ ਨਿਕਲੇ ਅਤੇ ਸਾਰਾ ਪਿੰਡ ਉਹਨਾਂ ਨੂੰ ਸ਼ਰਾਬੀ ਸ਼ਰਾਬੀ ਕਹਿ ਕੇ ਛੇੜਦਾ ਸੀ। ਪਰ ਰੱਬ ਦੇ ਵੀ ਕੀ ਕਹਿਣੇ, ਉਹੀ ਅੱਜ ਬੰਦਾ ਸਾਰੀ ਦੁਨੀਆ ਵਿੱਚ ਸਟਾਰ ਬਣ ਗਿਆ ਸੀ। ਜੀ ਹਾਂ ਦੋਸਤੋ, ਉਹ ਵੀਡੀਓ ਨੂੰ ਵਾਇਰਲ ਹੋਣ ਤੋਂ ਬਾਅਦ ਇੱਕ ਡਾਇਰੈਕਟਰ ਨਵਜੀਤ ਭੁੱਟਰ ਵੱਲੋਂ ਇਸ ਵੀਡੀਓ ਨੂੰ ਦੇਖਿਆ ਗਿਆ ਅਤੇ ਦਿਲਪ੍ਰੀਤ ਢਿੱਲੋਂ ਤੱਕ ਵੀਡੀਓ ਪਹੁੰਚਾਈ ਗਈ, ਜਿਸ ਤੋਂ ਬਾਅਦ ਦਿਲਪ੍ਰੀਤ ਢਿੱਲੋਂ ਨੇ ਸੋਚ ਲਿਆ ਕਿ ਇਹ ਅੰਕਲ ਨੂੰ ਆਪਾਂ ਵੀਡੀਓ ਵਿੱਚ ਲੈਂਦੇ ਹਾਂ। ਉਸ ਤੋਂ ਬਾਅਦ ਦਿਲਪ੍ਰੀਤ ਢਿੱਲੋਂ ਨੇ ਇੱਕ ਗਾਣਾ ਰਿਲੀਜ਼ ਕੀਤਾ ਜਿਸ ਦਾ ਨਾਮ ਸੀ ਸਾਡੇ ਮੁੰਡੇ ਦਾ ਵਿਆਹ, ਅਤੇ ਇਸ ਗਾਣੇ ਨੇ ਯੂਟਿਊਬ ਦੇ ਸਾਰੇ ਹੀ ਰਿਕਾਰਡ ਤੋੜ ਦਿੱਤੇ ਸੀ। ਇਹ ਗਾਣਾ ਲਗਾਤਾਰ 10 ਦਿਨ ਯੂਟਿਊਬ ਦੇ ਟ੍ਰੈਂਡਿੰਗ 1 ਵਿੱਚ ਰਿਹਾ। ਪਰ ਅੰਕਲ ਦਾ ਇੱਕ ਡਾਇਲੋਗ, ਸਾਡੇ ਮੁੰਡੇ ਦਾ ਵਿਆਹ ਪਰਚਾ ਦਰਜ ਕਰਾਵਾਂਗੇ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਡਾਇਲੋਗ ਨੂੰ ਯਾਦ ਰੱਖਿਆ ਜਾਵੇਗਾ। ਅਤੇ ਜਾਂਦੇ ਜਾਂਦੇ ਸਾਡੀ ਸਾਰੀ ਦੇਸੀ ਤੜਕਾ ਦੀ ਟੀਮ ਜੱਸੀ ਦਿਓਲ ਜੀ ਦੀ ਆਤਮਾ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ। ਸੋ ਅੱਜ ਲਈ ਇੰਨਾ ਹੀ, ਜਲਦੀ ਮਿਲਾਂਗੇ ਹੋਰ ਨਵੀਂ ਵੀਡੀਓਜ਼ ਅਤੇ ਹੋਰ ਨਵੇਂ ਅਪਡੇਟਸ ਨਾਲ। ਤੁਸੀਂ ਦੇਖ ਰਹੇ ਹੋ ਦੇਸੀ ਤੜਕਾ। ਧੰਨਵਾਦ। ਸਾਡੀਆਂ ਨਵੀਂ ਅਪਡੇਟ ਦੇਖਣ ਦੇ ਲਈ ਵਿਰਸਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਦਬਾ ਦਿਓ ਬੈਲ ਦਾ ਆਈਕਾਨ।